नवांशहर च नगर कौंसल के वर्करां की हड़ताल लगभग एक महीने तो जारी है। इस हड़ताल तहत जिले दियां कई ट्रेड यूनियन ने कर्मचारी यूनियन का समर्थन किया अते पंजाब सरकार अते ब्रह्म महिंद्रा का पुतला फूक के सैकड़े प्रदर्शनकारियों ने शहर के वख-वख मार्गों राही चंडीगढ़ चौंक विखे पुतला साड़िया अते मुख्यमंत्री कैप्टन अमरिंदर सिंह खिलाफ़ नारेबाजी की। अज साडा लगभग एक महीना हो चला वो सरकार सानू झूठे लारे लाई जाती है। जो अं पटियाले रैली रखते हैं उदों साडी मीटिंग बुला लेंदे आ उसे दिन
ਉਸੇ ਦਿਨ ਮੀਟਿੰਗ ਬੁਲਾ ਕੇ ਔਰ ਸਾਡੇ ਕੋਲ ਹੁਣ 15 ਦਿਨ ਦੀ ਸਾਡੀ ਰੈਲੀ ਸੀ ਔਰ ਹੁਣ ਸਾਡੇ ਕੋਲ ਉਹਨਾਂ ਨੇ ਬੁੱਧਵਾਰ ਦਾ ਟਾਈਮ ਲਿਆ ਤੇ ਬੁੱਧਵਾਰ ਨੂੰ ਜਿਹੜੀ ਸਾਡੀ ਕੈਬਨਿਟ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਤੁਹਾਡਾ ਮਤਾ ਪਾ ਦਿੱਤਾ ਜਾਊਗਾ ਸੋ ਸਾਨੂੰ ਹੁਣ ਯਕੀਨ ਉਹਨਾਂ ਨੇ ਇਹ ਭਰੋਸਾ ਦਵਾਇਆ ਔਰ ਅਸੀਂ 15 ਤਰੀਕ ਦੀ ਜਿਹੜੀ ਰੈਲੀ ਆ ਉਹਨੂੰ ਕੈਂਸਲ ਕਰਕੇ ਅਸੀਂ ਹੁਣ 22 ਤਰੀਕ ਦੀ ਰੈਲੀ ਕਰ ਦਿੱਤੀ ਆ ਪਟਿਆਲੇ ਬ੍ਰਹਮਿੰਦਰਾ ਦੀ ਕੋਠੀ ਦਾ ਘਰਾਓ ਕਰਨ ਵਾਸਤੇ ਔਰ ਜੇ ਸਾਡਾ ਜਿਹੜਾ ਸੰਘਰਸ਼ ਆ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਔਰ ਮੈਂ ਪ੍ਰੈਸ ਵਾਲਿਆਂ ਦਾ ਵੀ ਸਭ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੀ ਜਿਹੜੀ ਆਵਾਜ਼ ਆ ਇਹਨੂੰ ਸਰਕਾਰ ਤੱਕ ਪਹੁੰਚਾਉਂਦੇ ਆ ਉਹ ਸ਼ਹਿਰਦਾਰਾਂ ਤੱਕ ਪਹੁੰਚਾਉਂਦੇ ਆ ਔਰ ਸ਼ਹਿਰਦਾਰਾਂ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਕੂੜੇ ਦੇ ਮੂਹਰੇ ਢੇਰ ਲੱਗੇ ਹੋਏ ਆ ਔਰ ਸਾਡੀਆਂ ਮੰਗਾਂ ਦੇ ਮੇਰ ਵੀ ਸਾਡੇ ਹੱਕ ਨੇ ਬੋਲਦੇ ਆ ਔਰ ਮੈਂ ਸ਼ਹਿਰਦਾਰਾਂ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਕੌਂਸਲਰਾਂ ਦਾ ਵੀ ਧੰਨਵਾਦ ਕਰਦਾ ਆ ਔਰ ਚਾਹੇ ਉਹ ਕਾਂਗਰਸ ਦਾ ਆ ਚਾਹੇ ਉਹ ਆਪੋਜ਼ਿਟ ਪਾਰਟੀ ਦਾ ਆ ਔਰ ਸਾਨੂੰ ਕੋਈ ਕੰਮ ਨੂੰ ਕੰਪੈਲ ਨਹੀਂ ਕਰਦਾ ਕਿ ਮੇਰਾ ਕੰਮ ਕੋਈ ਜ਼ਰੂਰੀ ਆ ਕਰ ਦਿਓ ਸੋ ਉਹ ਵੀ ਕਹਿੰਦੇ ਆ ਵੀ ਨਹੀਂ ਤੁਹਾਡੀਆਂ ਮੰਗਾਂ ਸਭ ਤੋਂ ਪਹਿਲਾਂ ਆ ਇਹ ਮੰਨ ਲੈਣਾ ਚਾਹੀਦੀਆਂ ਔਰ ਖੈਰ ਦਾ ਪ੍ਰਧਾਨ ਨਾ ਵੀ ਅੱਜ ਤੱਕ ਸਾਨੂੰ ਕਦੀ ਕੋਈ ਕੰਮ ਨਹੀਂ ਕਿਹਾ ਵੀ ਆਹ ਕੰਮ ਇੱਦਾਂ ਨਹੀਂ ਇੱਦਾਂ ਕਰ ਦਿਓ।